ਕਿਸ ਤਰ੍ਹਾਂ ਦੇ ਕੇਸ ਤੁਹਾਡੇ ਕੋਲ ਆਉਂਦੇ ਨੇ? ਲੋਕ ਜਿਹੜੇ ਆਉਂਦੇ ਨੇ ਉਹਨਾਂ ਨੂੰ ਕੀ ਪ੍ਰੋਬਲਮਸ ਹੁੰਦੀਆਂ ਤੇ ਫਿਰ ਤੁਸੀਂ ਜਾ ਕੇ ਇਹਨਾਂ ਨੂੰ ਉਹ ਪ੍ਰੋਬਲਮ ਜਿਹੜੀ ਹੈ ਉਹਨਾਂ ਨੂੰ ਦੱਸਦੇ? ਸਭ ਤੋਂ ਪਹਿਲੇ ਤਾਂ ਕੋਈ ਵੀ ਸ਼ਖਸ ਜਿਹੜਾ ਉਹਨੇ ਬਿਜ਼ਨਸ ਕਰਨਾ ਹੈ, ਉਹਨੇ ਇੰਪੋਰਟ ਕਰਨੀ ਹੈ ਚਾਹੇ ਐਕਸਪੋਰਟ ਕਰਨਾ ਹੈ, ਪਾਕਿਸਤਾਨ ਤੋਂ ਬਾਹਰ ਕੋਈ ਸਮਾਨ ਭੇਜਣਾ, ਉਹਨੂੰ ਮੁਖਤਲਿਫ ਕਿਸਮ ਦੀ ਰਜਿਸਟਰੇਸ਼ਨ ਦੀ ਜ਼ਰੂਰਤ ਹੈ। ਸਭ ਤੋਂ ਪਹਿਲੀ ਜਿਹੜੀ ਰਜਿਸਟਰੇਸ਼ਨ ਹੈ ਉਹ ਨੈਸ਼ਨਲ ਟੈਕਸ ਨੰਬਰ ਜਾਂ ਟੈਕਸ ਪੇਅਰ ਦੇ ਤੌਰ 'ਤੇ ਰਜਿਸਟਰ ਹੋਣਾ ਹੁੰਦਾ। ਐਨ ਟੀ ਐਮ ਹੁਣ ਚੁੱਕੇ ਲਫ਼ ਜਿਹੜਾ ਉਹ ਬੇਸਿਕਲੀ ਕਾਨੂੰਨ ਨੇ ਉਹਨੂੰ ਖਤਮ ਕਰ ਦਿੱਤਾ। ਅੱਛਾ, ਉਹਦੀ ਜਗ੍ਹਾ ਹੁਣ ਟੈਕਸ ਪੇਅਰ ਰਜਿਸਟਰੇਸ਼ਨ ਨੰਬਰ ਆ ਗਿਆ ਕਿ ਹਰ ਸ਼ਖਸ ਦਾ ਜਿਹੜਾ ਸ਼ਨਾਖਤੀ ਕਾਰਡ ਨੰਬਰ ਹੈ, ਅਗਰ ਉਹ ਆਪਣੇ ਆਪ ਨੂੰ ਰਜਿਸਟਰਡ ਕਰਾ ਲੈਂਦਾ ਤਾਂ ਉਹਦਾ ਜਿਹੜਾ ਨੰਬਰ ਹੈ ਉਹਨੂੰ ਹੀ ਅਸੀਂ ਹੁਣ ਟੈਕਸ ਪੇਅਰ ਰਜਿਸਟਰੇਸ਼ਨ ਨੰਬਰ ਬੇਸਿਕਲੀ ਕਹਿੰਦੇ ਹਾਂ।